ਥਰਡ ਐਸਪੀ ਵਾਲਿਆਂ ਨੂੰ ਬੋਲ ਕੇ ਲਾਸਟ ਕਰ ਲਾ ਬਈ ਥਰਡ ਐਸਪੀ ਐਂਟਰੀ ਅਗਰ ਆ ਜਾਓ ਵੀਰੇ ਤਾਈਆਂ ਬੈਠ ਕੇ ਆ ਕੇ ਦੇਖ ਲਓ ਕੀ ਕਹਿਣਾ ਸੁੱਖਾ ਸਰ ਜੀ ਠੀਕ ਹੈ ਜੀ ਬਈ ਵਾਹ ਹਾਂਜੀ 65 ਐਸਪੀ ਵੀ ਜੇ ਕੋਈ ਹੋਰ ਵੀ ਮੇਰਾ ਭਰਾ ਐਂਟਰੀ ਹੀ ਜਮ੍ਹਾਂ ਕਰਵਾਉਣੀ ਚਾਹੁੰਦਾ ਚਾਰ ਟਰੈਕਟਰ ਹੋ ਗਏ ਜੀ ਤਾਂ ਕਿ ਮੈਂ ਟਾਈਮ ਨਾਲ ਇਹਦਾ ਉਹ ਸ਼ੁਰੂ ਕਰਤੀ ਹੈ 65 ਐਸਪੀ ਦਾ ਚਾਰ ਐਂਟਰੀਆਂ ਹੋ ਚੁੱਕੀਆਂ ਨੇ ਜੇ ਕਿਸੇ ਹੋਰ ਨੇ ਵੀ ਐਂਟਰੀ ਕਰਵਾਉਣੀ ਹੈ ਤੇ ਮੇਰੇ ਭਰਾ ਜਲਦੀ ਨਾਲ ਆ ਜਾਣ ਪਰੇ ਰਪਿੰਦਰ ਖਾਨਪੁਰੀ ਆ ਕਹਿੰਦੇ ਯੋਧਾ ਪਿੰਡ ਦੇ ਵਿੱਚ ਗੱਲ ਕਮਾਲੀ ਲਾਡੀ ਬਾਈ ਯੋਧਾ ਨੀ ਜਿਹੜੀ ਇੱਕ ਯਾਦ 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 ਹੀ ਬਣ ਕੇ ਰਹਿ ਜਾਂਦੀ ਹੈ ਤੇ ਉੱਥੇ ਵੀ ਜਦੋਂ ਕਮਾਲ ਹੋਈ ਜਦੋਂ ਰਾਣੇ ਯੋਧਾ ਉਹਨਾਂ ਨੇ ਜਿਹੜਾ ਮੇਲਾ ਕਰਵਾਇਆ ਤੇ ਰਪਿੰਦਰ ਖਾਨਪੁਰੀ ਨੇ ਬਹੁਤ ਕਿਹਾ ਵੀ ਨਹੀਂ ਖੇਡਣਾ ਪਰ ਰਾਣੇ ਹੋਣੀ ਕਹਿੰਦੇ ਖੇਡਣਾ ਹੈ ਤੇ ਉੱਥੇ ਫਿਰ ਪਹਿਲਾ ਇਨਾਮ ਬਣਿਆ ਟਰੈਕਟਰ ਯੋਜਨਾ ਦੇ ਵਿੱਚ ਪਿੰਦਰ ਦਾ ਬਹੁਤ ਵੱਡਾ ਨਾਮ ਰਿਹਾ ਹੈ ਕਿਉਂਕਿ ਸੰਤ ਬਾਬਾ ਦਰਬਾਰਾ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਉਹਦੀ ਬਹੁਤ ਵਪਾਰ ਕਿਰਪਾ ਹੈ ਪੂਰੇ ਏਰੀਏ ਦੇ ਲੋਕਾਂ ਵਾਲੇ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਕਿਰਪਾ ਹੈ ਭਾਈ ਕੰਮ ਪੂਰਾ ਕਿਹੜਾ ਤਾੜੀਆਂ ਮਾਰੋ ਟਾਈਮ ਕਿਤਨੇ ਕਿਤੇ ਭੁੱਲ ਹੋ ਗਿਆ ਜੀ ਮੈਚ ਬੜਾ ਤਗੜਾ ਖੇਡਿਆ ਰਿਹਾ ਕੱਲ੍ਹ ਕੇ ਫਿਰ ਪੰਜ ਵੀ ਹਾਰ ਗਿਆ ਧੰਨਵਾਦ ਕਰਦੇ ਹਾਂ ਝੱਜ ਪਰਿਵਾਰ ਤੋਂ ਵਿਸ਼ੇਸ਼ ਤੌਰ 'ਤੇ ਸਾਡੇ ਵੀਰ ਜਿੱਥੇ ਕਹਿੰਦੇ ਬੜਾ ਵਧੀਆ ਖੇਡ ਮੇਲਾ ਕਰਵਾਉਂਦੇ ਨੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਾ ਰਿਹਾ ਜੋਕੀ ਮਾਜਰੇ ਦੀ ਜਿਹੜੀ ਰਹਿੰਦੀ ਕਮੇਟੀ ਸੀ ਉਹ ਵੀ ਜੁੜਦੀ ਜਾ ਰਹੀ ਹੈ ਸਾਡੇ ਨਾਲ ਉਚੇਚੇ ਤੌਰ 'ਤੇ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਭਰਾਵਾਂ ਦਾ ਅੱਧੀ ਕਮੇਟੀ ਪੁੱਜ ਗਈ ਸੀ ਅੱਧੀ ਰਹਿੰਦੀ ਸੀ ਉਹ ਵੀ ਸਾਡੇ ਵੀਰ ਪੁੱਜ ਗਏ ਨੇ ਜੋਕੀ ਮਾਜਰੇ ਵਾਲੇ ਉਹਨਾਂ ਦਾ ਵੀ ਧੰਨਵਾਦ ਆ ਹਾਂਜੀ ਹੋਲੈਂਡ ਲਿਆਓ ਜੀ ਤਿਆਰ ਕਰਕੇ ਉਹ ਤੋਂ ਬਾਅਦ ਮੈਂ ਐਸ ਸੀ ਵਾਲਿਆਂ ਨੂੰ ਬੇਨਤੀ ਵੀ ਆਪਣੀ ਲੋਕੋ ਮਿਹਨਤ ਸਹੀ ਜੀ ਨੋਟਬੰਦੀ ਛੱਤੀ ਦੀ ਮਹਿੰਦਰ ਮੈਸੀ ਪਿੰਦਰ ਸੋਨਾਲੀਕਾ ਤੇ ਗੁਰੂ ਸਰ ਆਰ ਐਕਸ ਪਾਤਸ਼ਾਹੀ ਛੇਵੀਂ ਇਹ ਨੋਟ ਕਰਿਓ ਜੀ ਬਈ ਵਾਹ ਇਹ ਸਵਾਦ ਸ਼ੌਕ ਤੇ ਸ਼ੌਕ ਵੱਖਰੇ ਨੇ ਵੱਖੋ ਵੱਖਰੇ ਸ਼ੌਕ ਪਰ ਟਾਈਮ ਨਵੀਂ ਲਾਡੀ ਦਾ ਕਿੰਨਾ ਟਾਈਮ ਹੋਇਆ ਹੋਰ ਟਾਈਮ ਜਿਹੜਾ ਉਹ ਲਗਭਗ ਲੱਗ ਗਈ ਹੈ ਪਿੰਦਰਾ ਖੇਚੋ ਨੂੰ ਥੋੜਾ ਸੈਕਿੰਡ 97 ਪੁਆਇੰਟ ਦਾ ਸਮਾਂ ਲੱਗਿਆ ਇਸ ਟਰੈਕਟਰ ਦਾ ਇਹ ਨੋਟ ਕਰਦੇ ਹੋ